الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين اللهم صل على محمد وآل محمد وعجل فرج آل محمد بسم الله الرحمن الرحيم وطن دی مجلس تہار پڑھن والے دی باسیت بانی حاضری میں کہیں کو زیادہ دیر تکلیف دیونی نہیں بلکہ جتنے پڑھ گئے ان سارا تو تھوڑا پڑھ سی میں ایک لمحے دی انتظار نہیں کراؤں جڑے مقصد واسطے میں کو گرا سڈے بہت تھوڑے نے وقت چ دکھ پڑنا چاہنا فرمیندن سارے دکھاں چ ایویں رووو جیویں بڈھڑی ماں جوان پتر دے میت تے روندی نرونا ہوئی آتا نہ آمیں ہاتھ نہ مٹی تے باہمیں ہاں اتنے دل دا کی دا جائیں تکو مٹی تے بلائے تو میری دعا ہے ای حالا داری تو انیا نسنا جوا درا ایویں رو جیویں بڈھڑی ماں بولا کرو جوان پتر دے میت تے روندی سات یا آٹھ منٹاں دی میں تمہید کرنی ہے وطن والے ہو بلکہ پورے ملک دے چنے اداداروں میں سیدہ میں کوئی کے گل دا جواب دیو اللہ نہ کرے پتر مر ونجے کیا پیو نہیں روندا بولو بھینا تعداد ہی چکے ایک بندے دا ٹھڈا سا ہی نکلے تو سواب میرے بابے دی قبر تے ونجے میرے باپ ہونا پڑھ دے رہنے ہیں بھین دا ایو جیاں رشتہ ہے بھینہ کو کوئی رون دے وے تا بھینہ دیاں قبران رونی کوشش کرو بھئی کتنے ہیں بیٹھے ہو رل کے موقع دسو بھئی جوان جڑے بیٹھے ہو کیا بھیرار نہیں رون دے رون دے نا میں بھئی ماما زین نے قریب دا رشتہ دی گل کیتی ہے کہیں دے میت تے بندہ وانج کھڑے نا کچھ ہی نہ لگ دا ہوئے نا ان دے لگنا نا دے وین سن کے بندہ رو پون دے لگنا دے وین سن کے جڑے وانج کھڑ دے وہ ہی رو پون دے پر میری گوائی دی وائے کوئی جتنی روے نا ہیک دین چپ کر رہے ہیں مامے قریب دے رشتی میں گنن ایک دی ہر کوئی چپ کروائیں دے جی میں دل آکھی ہوئے سنے ہکو ماد رشتہ ہے جیڑی جی تک جین دیئے او تک رو دیئے
ਧੀ ਵਾਸਤੇ ਪੁੱਤਰ ਦੀ ਇਤਲਾਹ ਪਿਓ ਕੋਈ ਬੰਦੇ ਦਿੰਦੇ ਨਹੀਂ ਚਾਹ ਸਿੱਧੇ ਲਵਣਾ ਨਾਲ ਬੰਦੇ ਦੇ ਸਹਿੰਦੇ ਚਾਹ ਤੇਰਾ ਪੁੱਤਰ ਮਰ ਗਏ ਮੈਂ ਫਿਤਰਤ ਮੇਲੇ ਪੀ ਪੜਨਾ ਬਿਰਾਵਾਂ ਤੁਹਾਡੇ ਸਹਿੰਦੇ ਚਾਹ ਵੱਲ ਵੰਜੋ ਤੁਹਾਡਾ ਬਿਰਾ ਮਰ ਗਏ ਪਰ ਮੈਂ ਕੋ ਜ਼ਿਕਰ ਦੀ ਕਸਮ ਹੈ ਜਦੋਂ ਮਾਂ ਦੀ ਵਾਰੀ ਆਉਂਦੀ ਹੈ ਤਾਂ ਵੱਤ ਲੱਗਦੇ ਸੁੱਚੇ ਦੇ ਵੱਡੇ ਹੁੰਦੇ ਨੇ ਇੱਕੋ ਕਿਵੇਂ ਦੱਸੋ ਵੱਤ ਦੱਸਣੀ ਪੋਵੇ ਮਾਂ ਕੋ ਸਿੱਧੇ ਲਾਉਣ ਨਾਲ ਕਦਾ ਕੋਈ ਨਹੀਂ ਮਾਂਜਾ ਦਾ ਤੇਰਾ ਪੁੱਤਰ ਮਰ ਗਿਆ ਪਹਿਲੇ ਕਿ ਬਜ਼ੁਰਗ ਕੋ ਭੇਜੇ ਸਨ ਉਹ ਵੰਜ ਕੇ ਆਖਸੀ ਦੁਆ ਕਰ ਤੇਰਾ ਪੁੱਤਰ ਬਿਮਾਰ ਹੈ ਉਹਦਾ ਦਿਮਾਗ ਤਿਆਰ ਕਰੇ ਮੈਨੂੰ ਹੌਲੇ ਹੌਲੇ ਦੁਆ ਕਰ ਤੂੰ ਮਾਂ ਜੋ ਹੈ ਮਾਂ ਦੀ ਦੁਆ ਅੱਲਾ ਖਾਲੀ ਨਹੀਂ ਮਿਲਦਾ ਤੇਰੇ ਪੁੱਤਰ ਤੋਂ ਖੈਰ ਥੀਵੇ ਵਤਨ ਵਾਲੇ ਉਹ ਪੰਜ ਮਿੰਟਾਂ ਬਾਅਦ ਬਈ ਤਸੱਲੀ ਦੇ ਸਨ ਅਜਾ ਤ੍ਰੀਜੀ ਦਫਾ ਉਹ ਬਜ਼ੁਰਗ ਲਾਉਦ ਵੱਡਾ ਸੁਚੇਂਦਾ ਹੁੰਦਾ ਹੁਣ ਦੱਸਾਂ ਕਿਵੇਂ ਉਹ ਮਾਂ ਸੀਨੇ ਤੇ ਹੱਥ ਰੱਖ ਕੇ ਆਦੀ ਹੈ ਬੁਝਾਰ ਤਾਂ ਨਾ ਬੁਝਾ ਮੇਰੇ ਦਿਲ ਕੋ ਪੁੱਤਰ ਭਲਾ ਉਹਨੇ ਬਈ ਬਿਨਾ ਹੈ ਮੈਦਾ ਹਾਂ ਪਿਆ ਦੱਸਦਾ ਹੈ ਮੇਰੇ ਅੱਲਾਹ ਦੇ ਖੈਰ ਦੋ ਖੈਰ ਕੋਈ ਨਹੀਂ ਹੁਣ ਆਖਣ ਦਾ ਮਕਸਦ ਇੱਕ ਰਿਸ਼ਤਾ ਮਾਰ ਰਹੇ ਮੈਂ ਇੱਥੇ ਡੇਰ ਲਾਉ ਛੁਣੇ ਨਾ ਪੀਆਂ ਲੱਗ ਰੋਂਦੇ ਉਹ ਹੈ ਜਿਹੜਾ ਵਕਤ ਸਨਾਸ ਹੋਵੇ ਇੱਕੋ ਮਾਂ ਦਾ ਰਿਸ਼ਤਾ ਹੈ ਜਿਹੜੀ ਜੇ ਤੱਕ ਜੀਂਦੀ ਹੈ ਉਹ ਤੱਕ ਰੋਂਦੀ ਹੈ ਇਹਨਾਂ ਦਾ ਆਗਰਾ ਬਿਰਾਵਾਂ ਤੋਂ ਖਿੰਨ ਕੇ ਉਹ ਪਿੱਛਾ ਬੈਠੇ ਆਖਰੀ ਅਦਾਦਾਰ ਤੱਕ ਭਾਵੇਂ ਕੋਈ ਬਹਿਰ ਸੁਣਦੇ ਖਣੇ ਉਹਨਾਂ ਤੱਕ ਮੈਂ ਕੋਈ ਦੱਸੋ ਜਿਹੜੀ ਮਾਂ ਜ਼ਿੰਦਗੀ ਰੋਣ ਵਿੱਚ ਗੁਜ਼ਾਰ ਦਿੰਦੀ ਹੈ ਉਹ ਮੌਕੇ ਤੇ ਨਾ ਰੋਂਦੀ ਉਸ ਬੋਲੋ ਬਈ ਨਹੀਂ ਤਾਂ ਬਸ ਰੋਸੀ ਹਾਂ ਮੇਰੇ ਕੋਲ ਪੁੱਛ ਮੌਕੇ ਤੇ ਢੇਰ ਰੋਣੀ ਉਹ ਮਾਂ ਦਬਣ ਦੇ ਮਜਲਿਸ ਤੋਂ ਸਵੇਰ 8 ਵਜੇ ਦੀ ਸ਼ੁਰੂ ਹੈ ਤੇ ਅੱਲਾ ਜਾਣੇ ਹਾਲੇ ਬਦੀਦ ਕਿਤਨੀ ਦੇਰ ਜਾਰੀ ਰਾਸੀ ਪੜ੍ਹਾ ਨਾ ਨਾ ਆਪਣੇ ਵਕਤ ਚ ਦੁੱਖ ਪੜ ਲੈਣ ਮੈਂ ਬਹੁ ਥੋੜੇ ਜੇ ਵਕਤ ਚ ਕਰਬਲਾ ਤੇ ਉਹਨਾਂ ਸ਼ਹੀਦਾਂ ਦਾ ਤਜ਼ਕਰਾ ਕਰਨਾ ਚਾਹਨਾ ਜਿਨ੍ਹਾਂ ਕੋ ਮਾਂ ਅੱਜ ਤੱਕ ਨਹੀਂ ਰੁਣੀ ਅਮੀਰ ਬੰਦਾ ਯਾਰ ਜੇ ਸਮਝ ਕੇ ਆ ਇਹ ਤਦਾਦ ਚੋ ਅਗਰ ਸਮਝ ਕੇ ਨਿਵੇ ਹੈ ਕਿ ਦੀ ਤਾਂ ਤੁਹਾਡੀ ਮਰਜ਼ੀ ਦੀ ਗੱਲ ਕੋਈ ਨਹੀਂ ਜਾਣਦਾ ਤਾਂ ਮੈਂ ਤਾਰੂਫ ਚੱਕਰੇ ਨਾ ਉਹਨੂੰ ਕਿਹੜੇ ਸ਼ਹੀਦ ਨੂੰ ਵੱਡੇ ਦਾ ਨਾਂ ਹੈ ਆਉਣ ਛੋਟੇ ਦਾ ਨਾਂ ਹੈ ਮੁਹੰਮਦ ਇਹ ਉਹ ਸ਼ਹਾਦਤ ਹੈ ਜਿਨ੍ਹਾਂ ਕੋ ਮਾਂ ਅੱਜ ਤੱਕ ਨਹੀਂ ਪੂਰੇ ਮੁਲਕ ਦੇ ਚੁਣੇ ਹੋਏ ਅਦਾਦਾਰੋ ਮੇਰੀ ਗਵਾਹੀ ਦਿਵਾਏ ਅੱਜ ਹਰ ਮਿੰਬਰ ਤੇ ਇਹਨਾਂ ਦੇ ਦੁੱਖ ਨਹੀਂ ਪੜੇ ਵੈਂਦੇ ਤਾਂ ਮੈਂ ਕੋ ਜ਼ਿਕਰ ਦੀ ਕਸਮ ਹੈ ਪੜ੍ਹਾ ਨਾਲ ਇਹ ਡਰ ਤੋਂ ਨਹੀਂ ਪੜਦੇ ਜਿਨ੍ਹਾਂ ਕੋ ਮਾਂ ਨਹੀਂ ਰੁਣੀ ਅੱਜ ਸਾਡੀ ਜ਼ਬਾਨੀ ਸੁਣ ਕੇ ਕੋਈ ਰੋਵੇ ਨਾ ਰੋਵੇ ਇਹ ਤਾਂ ਕੀ ਦਾ ਹੋਵੇ ਨਾ ਮਾਵਾਂ ਧੀਆਂ ਆਪ ਆਉਂਦੀਆਂ ਮੇਰੇ ਬਾਪ ਹੁਣ ਪੜਦੇ ਰਹਿੰਦੇ ਹਨ ਇਹ ਕੋਈ ਇਹਦੀ ਹੌਸਲੇ ਵਾਲੀ ਕਰਬਲਾ ਦੀ ਮਾਂ ਹੈ ਇਹਦੀ ਕੋਈ ਫਿਰਾ ਦੇ ਨਾਲ ਇਹਦੀ ਵੱਖਰੀ ਮੁਹੱਬਤ ਹੈ ਕੋਈ ਪੜਾ ਨਾਲ ਲੱਗ ਕੇ ਰੋਣੋ ਮੁਹੰਮਦ ਪੜਾ ਲੱਗੇ ਤਾਂ ਪਰਦੇ ਦੇ ਅੰਦਰ ਬਹਿ ਕੇ ਆਦੀ ਹੈ ਮੈਂ ਕੋ ਰੁਵਾਉਣਾ ਚਾਹੁੰਦਾ ਹੈ ਤਾਂ ਮੇਰੇ ਫਿਰਾ ਦਾ ਭਜਦੇ ਘੋੜੇ ਤੋਂ ਲਾਹਣ ਆਏ ਕਰ ਛੋੜੋ ਯਾਰ ਹੈ ਤਾਂ ਤੇਰੇ ਵਸ ਮੈਂ ਕੋ ਰੁਵਾਉਣਾ ਚਾਹੁੰਦਾ ਹੈ ਤਾਂ ਅਕਬਰ ਪੜ ਇਹਨਾਂ ਦੇ ਦੁੱਖ ਕਿਉਂ ਪੜਨਾ ਇਹਨਾਂ ਕੋ ਤਾਂ ਮੈਂ ਅਕਬਰ ਦਾ ਸਦਕਾ ਬਣਾ ਕੇ ਬੇਟਾ ਮੈਂ ਤਦਾਦ ਕੋ ਇਹ ਦੱਸਣਾ ਚਾਹੁੰਦਾ ਮੇਰੀ ਲਾਕਰੀ ਦੀ ਸ਼ੱਕਰ ਹੀ ਆਲੀ ਹਸੈਨ ਦੀ ਮਜ਼ਾਰ ਤੇ ਮੇਰੀ ਲਾਕਰੀ ਦੀ ਇਬਤਦਾ ਸ਼ਾਮ ਵਿੱਚ ਹੋਏ ਮੈਂ ਪਹਿਲਾ ਮੁਹਰਮ ਕਰਬਲਾ ਪੜੇ ਤੇ ਮੈਂ ਬੀਬੀ ਦੀ ਕਬਰ ਤੇ ਬਹਿ ਕੇ ਵਾਅਦਾ ਕਰਕੇ ਉੱਠਾ ਆਂ ਤੂੰ ਨਹੀਂ ਰੁਣੀ ਤੇਰੇ ਪੁੱਤਰਾਂ ਦੇ ਦੁੱਖ ਮੈਂ ਪੜਨਾ ਚਾਹੁੰਦਾ ਜ਼ਬਾਨ ਵਿੱਚ ਇਤਨਾ ਅਸਰ ਨੇਵੇਂ ਤੇਰੇ ਭਰਾ ਦੇ ਅਦਾਦਾਰ ਧਰੋਵੇਂ ਤੇ ਮੈਂ ਗਲਤ ਪੜਨਾ ਵੇ ਮਮਾ ਹੁਸੈਨ ਮੈਂ 12ਵੇਂ ਦਾ ਮੁਜਰਮ ਹਾਂ ਕਰਬਲਾ ਦੇ ਮੈਦਾਨ ਵਿੱਚ ਹਰ ਕਹੇ ਤੂੰ ਔਖਾ ਹੁਸੈਨ ਅਕਬਰ ਦੀ ਲਾਸ਼ ਤੇ ਗਿਆ ਪਰ ਹੁਸੈਨ ਇਤਨਾ ਅਕਬਰ ਕੋ ਨਾ ਰੁਣਾ ਜਿਤਨਾ ਭੇਣ ਦੇ ਪੁੱਤਰਾਂ ਕੋ ਰੁਣਾ ਤੇ ਕਿਵੇਂ ਹੋ ਸਕਦਾ ਹੈ ਜਿਹਨਾਂ ਕੋ ਹੁਸੈਨ ਬਹੁ ਰੁਣਾ ਹੋਵੇ ਹੁਸੈਨ ਦੇ ਅਦਾਦਾਰ ਕਿਵੇਂ ਮਿਲੋਗੇ
مجلس میں انہاں دے دکھاں دی پوری پڑھ سننا، پر میں ایکو جملہ انہاں دے شہادت دا پڑھنا دسنا ایو کو جیم جو انہاں کو مار ٹورا کی میں حالے رون نہ آیا ہوئی مت سمجھے نہ ہوئے کوئی ڈھیر عمران نے وڈا ہاڈا سالاں دا چھوٹا ساڑھے اٹھ یا نو سال دا میری گواہی دی وائے جڑے اولاد رکھ دے ہو نو یا دس سالاں دا بال سکول ہی میں دا پی ہوئے نا ماں کو پتا ہوں دے ہونے والا سے کچھ گھنٹہ بعد والا سی چند گھنٹہ دی جدائی ہوں دی اے تے ماں پانچ پانچ دفعہ چم دی سجوں چم سی وقت خبوں چم سی ویلا اوکھے بھائی گئے ہو تو دی وڈی عبادت تے پر اے میرا یقین ہے آئے روان واسطے ہوئے میرے بزرگان دی روح مجلس وچ موجود ہونی ہے میں آج وطن آنے دے سامنے کھڑ کے ساری مجلس تو پڑھنی ہے انہاں لفظاں کو ایویں ادا کریں سان جویں بابے ہونا ادا کرے نے ہیں بابے ہونا پڑھدے رہندے ہیں دوہیں ٹرن لگے ہیں چھوٹا ٹر پیے وڈا ماں دے قریب آ کے رک گئی ہے اپنے رخساراں دو ہاتھ دا اشارہ کر کے آ دے اماں اماں چم گھن متا واتے جھا چمن دے قابل ایویں حق بندے جویں ہن سارا ہے دیر لگتی الادار دے رون دے متا واتے جھا چمن دے قابل نہ ہوئے میری سین بیپا سے مو کر کے آدھی آن کیا سمجھے میں علی دی تھی کل مو چمامن مدا کے چمیندہ کس نالے شلادات لبا نال بی بی آدھی ایک کدانی بھی ڈٹھا انہا لبا نال میں حسین کو چم دیا انہا لبا نال اکبر کو نانا محمد سمجھ کے چم دیا مایوس ہو کے ہٹے بھی آ دیا گھبرا نہیں تو چاند ہے نا میں منہ چما ای قابل تو بن جڈا ای قابل بن سے تو منہ چمن دا دے علی دی دھی ہو کے وعدہ پہ کریں دیا تیری قبر دی مٹی چم سی او آخری الادار تک بی بی آ دیا میدان میں دے پہ او ہک نہیں دو نہیں مریاں چار شرطیں کتنیاں میں آئی تھی مجلس ہی بھی جانے نام تے پڑھنی بی بی آدھی اے چار شرطاں پوریاں چکرو میں تو آدھی قبر دی مٹی چون سا شرادہ دے اماں حکام بی بی آدھی اے مڈی پہلی شرطے تو ساں قبر دی جاگیر دے اندروں نہیں لانا اکبر دی جاگیر دے باہر لوائے حسین نہ آکھے جو تری ہزار دے کے بچڑے سمائے اللہ مان پہلے وینڈ تھی تسا حق ادا کر چھو نوکر بی بی آدھی امانی پہلی شرطے اکبر دی جاگیر دے اندروں نہیں لانا ملک دے چنے ہوئے الادار اے ہی ماں دا حوصلہ بال ہیں پر علی دے نواسے قدمہ تے آج رکھ کے آ دے تو اکبر دی جاگیر دا دیے اگر تو آنکھیں اساں نہ چاپ دے بہر ہوئے آنکھو چنا تو دے حوصلے تو سجدے اماں دس گیا کیڑا حکم ہوں اگلی شرط دسن تو پہلے میں تو کربلا والوں کی دس دسامنا چاہنا ذمہ دار لا کر ممبر تے موجود ان میری گواہی دس دس دتا اے عالم آدم دی رات تو جڑا ہونٹ بند کریندا کھول نہ سکدا جڑا کھولیا بند نہ کر سکدا اے لتھے اکبر دی جاگیر دے بہر ون کے جنگ کر کے گئے دریا کو لنگ کے گئے تسین حق بندا نے پانی پیوے نا ای ویلے دی قسم ہے جدا دریا کو لنگنے ہیں نکھی تے ہاتھ رکھ دے ہیں پتہ نہ لو ای واسطے ہاتھ رکھ دے ہیں ماں دوجی شرط یار
ਦੇਖੀਏ ਮੈਂ ਕੋਈ ਨਾ ਦੱਸਿਆ ਲਿਆ ਦੇ ਪੁੱਤਰਾ ਪਾਣੀ ਦਾ ਡਿੱਠਾ ਬੀਬੀਆਂ ਜੀ ਪਾਣੀ ਦਾ ਨਾ ਡਿੱਠਾ ਮੇਰੀ ਨੌਕਰੀ ਚ ਕਮੀ ਨਾ ਹੋ ਸੀ ਆਪਣੇ ਨਸੀਬ ਦੇ ਆਪ ਜ਼ਿੰਮੇਦਾਰ ਬੀਬੀ ਯਾਦ ਪਾਣੀ ਦਾ ਨਾ ਦੇਖਾ ਹੈ ਹੌਸਲਾ ਦੇਖ ਛੋਟਾ ਨਾ ਵੱਧ ਗਿਆ ਤਾਂ ਤੂੰ ਦੇਖਣ ਦਾ ਦੀ ਸੁੱਚੇ ਸੂ ਨਹੀਂ ਅਮਾ ਦਾਸ ਦੀਆ ਕਿਹੜਾ ਹੁਕਮ ਮੇਰੀ ਹਰ ਚਿਹਰੇ ਤੇ ਨਿਗਾਹ ਬੀਬੀ ਆਦਿਆ ਜਿੱਤਾ ਲਾਸੋ ਇੱਕ ਪਾਸੇ ਨਾਨਾ ਨਬੀ ਆਸ ਇੱਕ ਪਾਸੇ ਨਾਨਾ ਅਲੀ ਆਸ ਇਵੇਂ ਨਾਸੇ ਪਾਣੀ ਘਿੱਦੀ ਵਧਿਓ ਬੀਬੀ ਆਦਿਆ ਜਿੱਤਾ ਨਾਨਾ ਪਾਣੀ ਦੇਵਾ ਲਗਾ ਖਾਇ ਮੈਂ ਪੀਂਦੇ ਜਾ ਸਕੀਨਾ ਤਸੀਏ ਅੱਖੇ ਨਾਨਾ ਨੇ ਪੀਂਦੇ ਮੈਂ ਤੇ ਕੋਲ ਖੜ ਮੈਂ ਤੇ ਕੋ ਰੱਜ ਕੇ ਦੇਤੀ ਰਾਵਾਂ
قبول و منظور فرماوے ملائکہ نات انہاں نے مرمین کو جنت الفردوس سے جگہ عطا فرماوے.